ਪੰਜਾਬੀ ਭਾਸ਼ਾ ਨੂੰ ਪਿਆਰ ਕਰਨ ਵਾਲੇ ਸਰੋਤਿਆਂ ਦਾ ਤੇ ਤੁਹਾਨੂੰ ਧੰਨਵਾਦ ਅੱਜ ਤੁਸੀਂ ਸੁਣੋਗੇ ਡਾਕਟਰ ਨਰਿੰਦਰ ਸਿੰਘ ਕਪੂਰ ਜੀ ਦੁਆਰਾ ਲਿਖੀ ਕਿਤਾਬ ਖਿੜਕੀਆਂ ਵਿਦੇਸ਼ ਵਿੱਚ ਰਸਤਾ ਪੁੱਛੋਗੇ ਤਾਂ ਦੱਸਿਆ ਜਾਵੇਗਾ ਸਿੱਧੇ ਜਾਓ ਤੀਜਾ ਸੱਜਾ ਅਤੇ ਦੂਜਾ ਖੱਬਾ ਮੋੜ ਮੋੜ ਜਾਣਾ ਸਤਮਾ ਘਰ ਹੈ ਭਾਰਤ ਵਿੱਚ ਪੁੱਛੋਗੇ ਦੱਸਿਆ ਜਾਵੇਗਾ ਸਾਹਮਣੇ ਮੰਦਰ ਹੈ ਕਿਧਰੇ ਨਹੀਂ ਮੁੜਨਾ ਪੀਪਲ ਦਾ ਦਰਖਤ ਦਿ세ਗਾ ਅੱਗੇ ਮੋਟੇ ਹਲਵਾਈ ਦੀ ਦੁਕਾਨ ਆਵੇਗੀ ਪੁੱਛ ਲੈਣਾ ਨਲਕੇ ਵਾਲੀ ਗਲੀ ਕਿਹੜੀ ਹੈ ਜੋਤਸ਼ੀ ਦੇ ਘਰ ਦੇ ਨਾਲ ਵਾਲਾ ਢਾਈ ਚੁਬਾਰਿਆਂ ਵਾਲਾ ਘਰ ਹੈ ਰਾਮ ਪਿਆਰੀ ਘਰ ਦੇ ਬਾਹਰ ਹੀ ਚਰਖਾ ਕੱਤ ਰਹੀ ਹੋਵੇਗੀ ਇਸਤਰੀ ਮਕਾਨ ਨੂੰ ਘਰ ਬਣਾ ਦਿੰਦੀ ਹੈ ਬੱਚੇ ਘਰ ਵਿੱਚ ਰੌਣਕ ਲਾ ਦਿੰਦੇ ਹਨ ਪੁਸਤਕਾਂ ਘਰ ਨੂੰ ਨਿੱਘਾ ਬਣਾ ਦਿੰਦੀਆਂ ਹਨ ਕੁਝ ਕਿਤਾਬਾਂ ਮਹਾਂਪੁਰਸ਼ਾਂ ਦੀ ਯਾਦ ਦਿਵਾਉਂਦੀਆਂ ਵੱਡੇ ਪੁਰਖਿਆਂ ਬਜ਼ੁਰਗਾਂ ਵਰਗੀਆਂ ਹੁੰਦੀਆਂ ਹਨ ਸਤਿਕਾਰ ਨਾਲ ਰੱਖੀਆਂ ਹੋਈਆਂ ਕੁਝ ਕਿਤਾਬਾਂ ਦਾਦੇ ਦਾਦੀ ਨਾਨੇ ਨਾਨੀ ਦੀ ਗੋਦੀ ਵਰਗੀਆਂ ਹੁੰਦੀਆਂ ਹਨ ਜਿਹੜੀਆਂ ਹਰ ਵਾਰੀ ਮੋਹ ਪਿਆਰ ਦਾ ਹੁਲਾਰਾ ਦਿੰਦੀਆਂ ਹਨ ਅਤੇ ਬਾਰ-ਬਾਰ ਪੜ੍ਹੀਆਂ ਜਾਂਦੀਆਂ ਹਨ। ਕੁਝ ਕਿਤਾਬਾਂ ਮਾਪਿਆਂ ਵਰਗੀਆਂ ਹੁੰਦੀਆਂ ਹਨ ਜਿਨ੍ਹਾਂ ਨੇ ਜੀਵਨ ਦਿੱਤਾ ਹੁੰਦਾ ਹੈ, ਜ਼ਿੰਦਗੀ ਦੇ ਸਬਕ ਸਿਖਾਏ ਹੁੰਦੇ ਹਨ। ਕੁਝ ਪੁਸਤਕਾਂ ਪਿਆਰੇ ਅਧਿਆਪਕਾਂ ਵਰਗੀਆਂ ਹੁੰਦੀਆਂ ਹਨ ਜਿਹੜੀਆਂ ਰਸਤਾ ਵਿਖਾਉਂਦੀਆਂ ਹਨ ਅਤੇ ਮੰਜ਼ਲ ਵੱਲ ਸੰਕੇਤ ਕਰਦੀਆਂ ਹਨ। ਕੁਝ ਪੁਸਤਕਾਂ ਦੋਸਤਾਂ ਸਹੇਲੀਆਂ ਵਰਗੀਆਂ ਹੁੰਦੀਆਂ ਹਨ ਜਿਨ੍ਹਾਂ ਨਾਲ ਮौजਾਂ ਮਾਣੀਆਂ ਹੁੰਦੀਆਂ ਹਨ, ਸ਼ਰਾਰਤਾਂ ਕੀਤੀਆਂ ਹੁੰਦੀਆਂ ਹਨ। ਕੁਝ ਕਿਤਾਬਾਂ ਪ੍ਰੇਮਿਕਾਵਾਂ ਵਰਗੀਆਂ ਹੁੰਦੀਆਂ ਹਨ ਜਿਨ੍ਹਾਂ ਨੂੰ ਲੁੱਕ ਕੇ ਲੋਕੋ ਕੇ अनेका ਵਾਰ ਪੜਿਆ ਹੁੰਦਾ ਹੈ। ਕੁਝ ਪੁਸਤਕਾਂ ਉਹ ਵਰਗੀਆਂ ਹੁੰਦੀਆਂ ਹਨ ਜਿਨ੍ਹਾਂ ਨਾਲ ਸਾਂਝ ਪਾਉਣੀ ਚਾਹੀ ਸੀ, ਪਿਆਰ ਕਰਨਾ ਚਾਹਿਆ ਸੀ ਪਰ ਸਫਲਤਾ ਨਹੀਂ ਮਿਲੀ। ਵਕਤ ਹੀ ਨਹੀਂ ਮਿਲਿਆ ਇਹ ਹੁੰਦੀਆਂ ਤਾਂ ਹਨ ਪਰ ਇਹਨਾਂ ਨੂੰ ਖੋਲਿਆ ਹੀ ਨਹੀਂ ਗਿਆ ਹੁੰਦਾ। ਕੁਝ ਕਿਤਾਬਾਂ ਉਹ ਹੁੰਦੀਆਂ ਹਨ ਜਿਨ੍ਹਾਂ ਨੂੰ ਵੇਖਣ ਦੀ ਹੀ ਤਸੱਲੀ ਮਿਲੀ ਸੀ। ਖਰੀਦੀਆਂ ਆਪ ਹੁੰਦੀਆਂ ਹਨ ਪਰ ਕੋਈ ਲੈ ਜਾਂਦਾ ਹੈ। ਮੁਰਦੀਆਂ ਨਹੀਂ ਬੇਗਾਨੀਆਂ ਹੋ ਜਾਂਦੀਆਂ ਹਨ। ਮੰਗਣੀ ਸਾਡੇ ਨਾਲ ਹੁੰਦੀ ਹੈ, ਵਿਆਹ ਕੋਈ ਹੋਰ ਕਰਵਾ ਜਾਂਦਾ ਹੈ। ਇਹ ਪੁਸਤਕਾਂ ਪ੍ਰੇਮੀ ਪ੍ਰੇਮਿਕਾਵਾਂ ਵਾਂਗ ਵਿਛੜ ਜਾਂਦੀਆਂ ਹਨ ਹਮੇਸ਼ਾ ਲਈ ਗੱਡੀ ਦੇ ਡੱਬੇ ਵਿੱਚ ਟਿਕਟ ਚੈਕਰ ਆਇਆ ਇੱਕ ਸੀਟ ਨੇੜੇ ਪਰਸ ਡਿੱਗਿਆ ਪਿਆ ਸੀ ਉਸਨੇ ਨਾਲ ਦੀ ਸਵਾਰੀ ਨੂੰ ਪੁੱਛਿਆ ਇਹ ਪਰਸ ਤੁਹਾਡਾ ਹੈ ਸਾਰੀਆਂ ਸਵਾਰੀਆਂ ਵੇਖ ਰਹੀਆਂ ਸਨ ਚੈਕਰ ਨੇ ਵੇਖਿਆ ਪਰਸ ਵਿੱਚ ਕੁਝ ਰੁਪਏ ਸਨ ਅਤੇ ਭਗਵਾਨ ਕ੍ਰਿਸ਼ਨ ਦੀ ਤਸਵੀਰ ਸੀ ਚੈਕਰ ਨੇ ਪਰਸ ਵਿਖਾ ਕੇ ਉੱਚੀ ਆਵਾਜ਼ ਵਿੱਚ ਪੁੱਛਿਆ ਇਹ ਪਰਸ ਕਿਸ ਦਾ ਹੈ ਦੂਰ ਬੈਠੇ ਵੱਡੀ ਉਮਰ ਦੇ ਇੱਕ ਬੰਦੇ ਨੇ ਵੇਖਿਆ اپنی جیب froली ਕਿਹਾ ਮੇਰਾ ਹੈ ਕਿ ਸਬੂਤ ਹੈ ਸਵਾਰੀ ਨੇ ਕਿਹਾ ਇਸ ਵਿੱਚ ਕ੍ਰਿਸ਼ਨ ਦੀ ਤਸਵੀਰ ਹੈ ਕ੍ਰਿਸ਼ਨ ਦੀ ਤਸਵੀਰ ਕਿਉਂ ਹੈ ਕਿਸੇ ਹੋਰ ਦੀ ਜਾਂ ਤੇਰੀ ਆਪਣੀ ਕਿਉਂ ਨਹੀਂ ਸਵਾਰੀ ਨੇ ਕਿਹਾ ਇਹ ਬਹੁਤ ਯਾਦਗਾਰੀ ਤਸਵੀਰ ਹੈ ਇਹ ਪਰਸ ਮੇਰੇ ਪਿਤਾ ਨੇ ਮੈਨੂੰ ਦਿੱਤਾ ਸੀ ਪਹਿਲਾਂ ਇਸ ਵਿੱਚ ਮੇਰੇ ਮਾਤਾ ਪਿਤਾ ਦੀ ਤਸਵੀਰ ਸੀ ਫਿਰ ਮੈਂ ਆਪਣੀ ਰੱਖਣ ਲੱਗ ਪਿਆ ਫਿਰ ਪ੍ਰੇਮਿਕਾ ਦੀ ਫਿਰ ਪਤਨੀ ਦੀ ਫਿਰ ਆਪਣੇ ਪੁੱਤਰ ਦੀ ਮਾਤਾ-ਪਿਤਾ ਚਲਾਣਾ ਕਰ ਗਏ ਮੈਂ ਵੱਡਾ ਹੋ ਗਿਆ ਸਾ ਪ੍ਰੇਮਿਕਾ ਛੱਡ ਗਈ ਸੀ ਪਤਨੀ ਮਰ ਗਈ ਪੁੱਤਰ ਆਪਣੇ ਪਰਿਵਾਰ ਵਿੱਚ ਰੁੱਝ ਗਿਆ ਜਿਹੜੇ ਨੇੜੇ ਸਨ ਉਹ ਦੂਰ ਹੋ ਗਏ ਸਨ ਫਿਰ ਮੈਂ ਕ੍ਰਿਸ਼ਨ ਦੀ ਤਸਵੀਰ ਰੱਖਣ ਲੱਗ ਪਿਆ ਇਹ ਹਮੇਸ਼ਾ ਲਈ ਮੇਰਾ ਪੱਕਾ ਸਾਥੀ ਹੈ ਸਾਰੀਆਂ ਸਵਾਰੀਆਂ ਸੁਣ ਰਹੀਆਂ ਸਨ ਕੀ ਇਹ ਕ੍ਰਿਸ਼ਨ ਤੇਰਾ ਪਰਖਿਆ ਹੋਇਆ ਹੈ ਹਾਂ ਇਹ ਕ੍ਰਿਸ਼ਨ ਹਮੇਸ਼ਾ ਸਾਥ ਦਿੰਦਾ ਹੈ ਇਹ ਮੇਰਾ ਪੱਕਾ ਸਾਥੀ ਹੈ ਚੈੱਕ ਕਰਨੇ ਗਿਆ ਮੈਨੂੰ ਵੀ ਇੱਕ ਪੱਕੇ ਸਾਥੀ ਦੀ ਲੋੜ ਹੈ ਤੈਨੂੰ ਪਰਸ ਦੇ ਦਿੰਦਾ ਹਾਂ ਤੂੰ ਕ੍ਰਿਸ਼ਨ ਦੀ ਤਸਵੀਰ ਹੋਰ ਲੈ ਕੇ ਰੱਖ ਲੈ ਇਸ ਕ੍ਰਿਸ਼ਨ ਨੂੰ ਮੈਂ ਆਪਣੇ ਪਰਸ ਵਿੱਚ ਰੱਖ ਲੈਂਦਾ ਹਾਂ ਇੱਕ ਕ੍ਰਿਸ਼ਨ ਪਰਸ ਵਿੱਚ ਸੀ ਦੋ ਕ੍ਰਿਸ਼ਨ ਇੱਕ ਦੂਜੇ ਦੇ ਸਾਹਮਣੇ ਖਲੋਤੇ ਸਨ ਕਿਸੇ ਪ੍ਰਾਇ स्त्री पुरुष ਨਾਲ ਇੱਕ ਵਾਰੀ ਸੰਭੋਗ ਕਰਨਾ ਖੋਜ ਹੈ ਪ੍ਰਯੋਗ ਹੈ ਸੋਗਾਤ ਹੈ ਸਬਬ ਹੈ ਦੂਜੀ ਵਾਰ ਕਰਨਾ ਬਿ ਵਿਚਾਰ ਤੇ ਨਾਜਾਜ ਵਿਹਾਰ ਹੈ ਤੀਜੀ ਵਾਰ ਕਰਨਾ ਸ਼ੋਸ਼ਨ ਹੈ ਲਾਲਚ ਹੈ ਉਸ ਮਗਰੋਂ ਕਰਦੇ ਰਹਿਣਾ ਸਾਬਤ ਕਰਦਾ ਹੈ ਕਿ ਪੁਰਸ਼ ਵਹਿਲਾ ਹੈ ਗੈਰ ਜ਼ਿੰਮੇਵਾਰ ਹੈ ਅਤੇ ਇਸਤਰੀ ਚਰਿੱਤਰਹੀਨ ਹੈ ਚਾਟ ਖਾਣ ਦੀ ਸ਼ੌਕੀਨ ਹੈ 올림픽 ਖੇਡਾਂ ਵਿੱਚ ਸੋਨੇ ਦਾ ਇੱਕ ਤਮਗਾ ਜਿੱਤਣ ਲਈ ਕੀ ਕਰਨਾ ਪੈਂਦਾ ਹੈ ਬਹੁਤ ਉੱਚਾ ਉਦੇਸ਼ ਮਿੱਤਣਾ ਪੈਂਦਾ ਹੈ ਮੇਚ ਵਿੱਚ ਯਤਨ ਕਰਨੇ ਪੈਂਦੇ ਹਨ ਨੀਂਦ ਤਿਆਗਣੀ ਪੈਂਦੀ ਹੈ ਸਿਖਰ ਦਾ ਅਨੁਸ਼ਾਸਨ ਅਪਣਾਉਣਾ ਪੈਂਦਾ ਹੈ 10 ਸਾਲ ਨਿਰੰਤਰ ਯਤਨ ਕਰਨਾ ਪੈਂਦਾ ਹੈ ਸਮੇਂ ਸਿਰ ਨਪਿਆ ਤੁਲਿਆ ਭੋਜਨ ਖਾਣਾ ਪੈਂਦਾ ਹੈ। ਨਿਯਤ ਵਕਤ ਤੇ ਨਿਯਤ ਵਕਤ ਕਰ ਤੱਕ ਕਸਰਤ ਕਰਨੀ ਪੈਂਦੀ ਹੈ। ਭਾਵੇਂ ਚੰਗਾ ਲੱਗੇ ਨਾ ਲੱਗੇ, ਦਿਲ ਕਰੇ ਨਾ ਕਰੇ, ਹੋਰਾਂ ਦੇ ਜਾਗਣ ਤੋਂ ਪਹਿਲਾਂ ਜਾਗਣਾ ਪਏਗਾ। ਦਿਲ ਸੌਣ ਲਈ ਕਰ ਰਿਹਾ ਹੋਵੇਗਾ ਪਰ ਸਟੇਡੀਅਮ ਵਿੱਚ ਇਕੱਲਿਆਂ ਪਹੁੰਚਣਾ ਪਏਗਾ। ਸਰਦੀਆਂ ਵਿੱਚ ਕੱਪੜੇ ਲਾ ਕੇ ਦੌੜਨਾ ਪਏਗਾ। ਹੋਰ ਸਾਰੀਆਂ ਦਿਲਚਸਪੀਆਂ ਤੇ ਅਗਣੀਆਂ ਪਹਿਨਣਗੀਆਂ। ਸ਼ਰਾਬ ਤੋਂ ਤੌਬਾ ਕਰਨੀ ਹੋਵੇਗੀ। ਆਪਣੇ ਆਪ ਨੂੰ ਕੋਚ ਦੇ ਹਵਾਲੇ ਕਰਨਾ ਪਏਗਾ ਓਵੇਂ ਕਰਨਾ ਪਏਗਾ ਜਿਵੇਂ ਉਹ ਚਾਹੇਗਾ ਜਿਵੇਂ ਉਹ ਕਰਨ ਲਈ ਕਹੇਗਾ ਉਸ ਦੀ ਹਰ ਗੱਲ ਮੰਨਣੀ ਪਏਗੀ ਕਦੀ ਪਿੱਠ ਦਰਦ ਕਰੇਗੀ ਕਦੇ ਅੱਡੀ ਹਿੱਲ ਜਾਵੇਗੀ ਕਦੇ ਗੁੱਟ ਦੁਖਣ ਲੱਗ ਜਾਵੇਗਾ ਬੁਖਾਰ ਤਾਂ ਹੋਵੇਗਾ ਹੀ ਸਿਰ ਵੀ ਦੁਖੇਗਾ ਮਿੱਟੀ ਕੱਟਾ ਬਰਦਾਸ਼ਤ ਕਰਨਾ ਪਏਗਾ ਇਹ ਸਭ ਕੁਝ ਕਰਨ ਤੋਂ ਮਗਰੋਂ ਬੜਾ ਹੀ ਸਖਤ ਮੁਕਾਬਲਾ ਹੋਵੇਗਾ ਜਿਸ ਵਿੱਚ ਹਾਰ ਬਰਦਾਸ਼ਤ ਕਰਨ ਲਈ ਤਿਆਰ ਰਹਿਣਾ ਪਵੇਗਾ ਉਪਰੋਕਤ ਸਾਰੇ ਕਾਰਜਾਂ ਦਾ 10 ਲੱਖ ਜਵਾਨ 4 ਸਾਲ ਨਿਰੰਤਰ ਕੜਾ ਅਭਿਆਸ ਕਰਨਗੇ ਜਿਨ੍ਹਾਂ ਵਿੱਚੋਂ 990000 ਛੱਡ ਜਾਣਗੇ ਅਤੇ ਕੇਵਲ 10000 ਖਿਡਾਰੀ ਚੁਣੇ ਜਾਣਗੇ ਜਿਹੜੇ ਕੇਵਲ 300 ਮੈਡਲਾਂ ਲਈ 올림픽ਸ ਵਿੱਚ 15 ਦਿਨ ਵਾਪਸ ਵਿੱਚ ਆਪਸ ਵਿੱਚ ਨਿਭੜ ਪੜਨਗੇ ਜਿੱਥੇ ਹਰ ਮੁਕਾਬਲਾ ਵਿਸ਼ਵ ਪੱਧਰ ਦਾ ਹੋਵੇਗਾ ਸਾਰਾ ਵਿਸ਼ਵ ਮੁਕਾਬਲੇ ਲਈ ਆਵੇਗਾ ਸਾਰਾ ਵਿਸ਼ਵ ਮੁਕਾਬਲਾ ਵੇਖੇਗਾ ਵਿਕਾਸ ਲਈ ਮੁਸ਼ਕਲਾਂ, مصیبتਾਂ ਤੇ ਸੰਕਟ لازمی ਹੁੰਦੇ ਹਨ ਹਨੇਰੇ ਦੇ ਸੰਕਟ ਨੇ ਦੀਵਾ ਉਪਜਾਇਆ ਸਮੁੰਦਰਾਂ ਤੇ ਧੁੰਦ ਨੇ ਕੰਪਾਸ ਦੀ ਕਾੜ ਕੱਢੀ ਭੁੱਖ ਅਤੇ ਉਤਸੁਕਤਾ ਨੇ ਮਨੁੱਖ ਨੂੰ ਨਵੀਆਂ ਧਰਤੀਆਂ ਲੱਭਣ ਲਈ ਪ੍ਰੇਰਿਆ ਗਰੀਬੀ ਨੇ ਮਿਹਨਤ ਕਰਨ ਦੀ ਜਾਂਚ ਸਿਖਾਈ ਇਕਲਤਾ ਨੇ ਪਿਆਰ ਕਰਨ ਤੇ ਪਰਿਵਾਰ ਵਿੱਚ ਰਹਿਣ ਦੀ ਲੋੜ ਉਪਜਾਈ ਦੂਰੀਆਂ ਨੇ ਪਿੰਡ ਸ਼ਹਿਰ ਬਸਾਉਣ ਦਾ ਸੰਕਲਪ ਦਿੱਤਾ ਅਕੈਮੇ ਅਤੇ ਥਕਾਵਟ ਨੇ ਮਨੋਰੰਜਨ ਦੇ ਸਾਧਨ ਉਪਜਾਏ ਅਗਿਆਨਤਾ ਨੇ ਵਿਦਿਆਕ ਅਧਾਰ ਉਸਾਰੇ ਔਖ ਅਤੇ ਕਸ਼ਟ ਨਹੀਂ ਵਿਗਿਆਨ ਦੇ ਨਿਰਮਾਣ ਦਾ ਰਾਹ ਖੋਲਿਆ ਖਾਲਸੇ ਨੂੰ ਸਾਜ ਕੇ ਗੁਰੂ ਗੋਬਿੰਦ ਸਿੰਘ ਨੇ ਅਨੰਦਪੁਰ ਸਾਹਿਬ ਤੋਂ ਇੱਕ ਸੰਦੇਸ਼ ਦਿੱਤਾ ਸੀ ਅੱਜ ਤੋਂ ਮੇਰੀ ਪਿਆਰੀ ਭੇਟਾ ਸੋਹਣੀ ਜਵਾਨੀ ਅਤੇ ਚੰਗਾ ਸ਼ਸਤਰ ਹੋਵੇਗਾ ਮੇਰੀ ਖੁਸ਼ੀ ਲੈਣੀ ਹੈ ਤਾਂ ਕਸਰਤ ਕਰੋ ਗਤਕਾ ਖੇਡੋ ਕਮਰ ਕਸੇ ਕਰੋ ਕਮਜ਼ੋਰੀ ਇੱਕ ਗੁਨਾਹ ਹੈ ਜਿਸ ਲਈ ਖਿਮਾ ਨਹੀਂ ਕੀਤਾ ਜਾ ਸਕਦਾ ਕੌਮ ਨੂੰ ਦੇਸ਼ ਨੂੰ ਤੁਹਾਡੀ ਜਵਾਨੀ ਦੀ ਲੋੜ ਹੈ ਚੰਗੀ ਜਵਾਨੀ ਉਹ ਹੈ ਜੋ ਕੰਮ ਕਰਦਿਆਂ ਪ੍ਰਵਾਨ ਚੜੇ ਕੌਮ ਨੂੰ ਪਵਿੱਤਰ ਹਿਰਦਿਆਂ ਸਵੱਛ ਦਿਮਾਗਾਂ ਬਹਾਦਰ ਇਰਾਦਿਆਂ ਤੇ ਕਿਰਤੀ ਹੱਥਾਂ ਦੀ ਉਡੀਕ ਹੈ ਸਿਰ ਉੱਚਾ ਕਰਕੇ ਤੁਰੋ ਭੈ ਮੁਕ ਜਾਵੇਗਾ ਤੁਰੰਦਾ ਨਿਸ਼ਚਾ ਕਰੋਗੇ ਨਿਸ਼ਾਨੇ ਜਾਗ ਪਹਿਣਗੇ ਡਰ ਉੱਡ ਗਿਆ ਤਾਂ ਮੌਤ ਵੀ ਆਨੰਦ ਜਾਪੇਗੀ ਸਿੱਧਕ ਅਤੇ ਸਿਰੜ ਦੀ ਲੋੜ ਹੈ اخلاق ਦੀ ਬਲੰਦੀ ਬਾਜਾਂ ਮਾਰ ਰਹੀ ਹੈ ਤੁਸੀਂ ਥੋੜੇ ਨਹੀਂ ਤੁਸੀਂ ਸੌਮੇ ਦੀ ਨਿਆਈ ਹੋ ਇਕੱਠੇ ਹੋ ਕੇ ਵਗੋਂਗੇ ਤਾਂ ਦਰਿਆ ਵਿੱਚ ਹੜਾ ਜਾਵੇਗਾ ਆਪਣੀ ਤਾਕਤ ਨੂੰ ਪਛਾਣੋ ਇੱਕ ਨਿਮਾਣੀ ਟੀਲੀ ਜੰਗਲ ਨੂੰ ਸੁਭਾਅ ਬਣਾ ਸਕਦੀ ਹੈ ਤੁਹਾਡੇ ਵਿੱਚ ਮਨੁੱਖ ਜਾਤੀ ਟੜਕਦੀ ਹੈ ਤਤੀਆਂ ਤਵੀਆਂ ਤੇ ਬੈਠਣ ਦਾ ਤੁਹਾਨੂੰ ਅਭਿਆਸ ਹੈ ਚਾਂਦਨੀ ਚੌਂਕ ਤੁਹਾਡੇ ਸਿਰਾਂ ਨਾਲ ਹੀ ਉਸਰਿਆ ਹੈ ਤੁਹਾਡਿਓ ਅਤੇ ਕਵਿਓ ਤੁਸੀਂ ਸ਼ਹੀਦਾਂ ਦੀ ਮਹਿਮਾ ਗਾਉਣੀ ਹੈ ਤਾਂ ਕਿ ਆਜ਼ਾਦ ਬੁਲਬੁਲਾ ਚਹਿਕ ਸਕਣ ਕੋਮ ਨੂੰ ਟੋਇਆਂ ਵਿੱਚੋਂ ਬਾਹਰ ਕੱਢੋ ਉਹ ਇਤਿਹਾਸ ਗਾਓ ਜਿਸ ਨਾਲ ਲੋਕ ਖੱਲਾਂ ਉਤਰਵਾਉਣ ਅਤੇ ਚਰਖੜੀਆਂ ਤੇ ਚੜਨ ਲਈ ਤਿਆਰ ਹੋ ਜਾਣ ਅਤੇ ਸਿੱਧਿਆਂ ਮਿੱਧਿਆਂ ਹੋਿਆਂ ਪੰਜਾਬ ਅਤੇ ਕੁਚਲੀ ਹੋਈ ਕੌਮ ਸਿਰ ਉੱਚਾ ਕਰਕੇ ਖਲੋ ਸਕੇ ਤੁਹਾਡੇ ਸਾਜਾਂ ਵਿੱਚੋਂ ਵੈਨ ਨਹੀਂ ਲਲਕਾਰਾਂ ਨਿਕਲਣੀਆਂ ਚਾਹੀਦੀਆਂ ਹਨ ਢੋਲਕਿਆਂ ਦੀ ਥਾਣ ਨਗਾਰੇ ਸੁਣਾਈ ਦੇਣੇ ਚਾਹੀਦੇ ਹਨ ਤੁਹਾਡੀਆਂ ਸੁਰਾਂ ਅੱਗ ਦੀਆਂ ਲਾਟਾਂ ਅਤੇ ਅਸਮਾਨ ਦੀਆਂ ਬਿਜਲੀਆਂ ਬਣ ਜਾਣੀਆਂ ਚਾਹੀਦੀਆਂ ਹਨ ਤਾਂ ਕਿ ਤੁਹਾਡੀਆਂ ਲੰਮੀਆਂ ਹੇਕਾਂ ਕੁਰਬਾਨੀਆਂ ਲਈ ਲੋਕਾਂ ਨੇ ਦਿਲਾਂ ਵਿੱਚ ਚਾਹ ਭਰ ਦਿਆਂ। ਦੁਸ਼ਮਣ ਨੇ ਸੋਚ ਕੇ ਵਿਉਂਤ ਕੇ ਗੁੱਥੀ ਉਲਝਾਈ ਹੈ। ਉਹ ਹੱਥ ਜੋ ਕਾਤਲ ਬਣੇ ਹਨ ਉਹ ਅੱਜ ਕੱਟ ਦਿੱਤੇ ਜਾਣਗੇ। ਤੁਸੀਂ ਕੌਮ ਦੀਆਂ ਅੰਤਰਕਾਲਾਂ ਵਿੱਚ ਦੁਪਹਿਰਾ ਬਣ ਕੇ ਚਮਕਣਾ ਹੈ। ਚੀਨੀ ਫਿਲਾਸਫਰ ਕਨਫਿਊਸ਼ਿਅਸ ਨੂੰ ਪੁੱਛਿਆ ਗਿਆ ਜੇ ਤੁਹਾਨੂੰ ਰਾਜ ਕਰਨ ਦੀ ਜ਼ਿੰਮੇਵਾਰੀ ਦਿੱਤੀ ਜਾਵੇ ਤਾਂ ਕੀ ਕਰੋਗੇ ਕਨਫਿਊਸ਼ਿਅਸ ਨੇ ਕਿਹਾ ਸੀ ਸਭ ਤੋਂ ਪਹਿਲਾਂ ਮੈਂ ਲੋਕਾਂ ਦੀ ਭਾਸ਼ਾ ਨੂੰ ਦਰੁਸਤ ਕਰਾਂਗਾ ਇਸ ਉੱਤਰ ਨਾਲ ਸੁਣਨ ਵਾਲੇ ਹੈਰਾਨ ਹੋਏ ਪਰ ਕਨਫਿਊਸ਼ਿਅਸ ਨੇ ਕਿਹਾ ਜੇ ਭਾਸ਼ਾ ਸਹੀ ਨਾ ਹੋਵੇ ਤਾਂ ਸ਼ਬਦ ਸਹੀ ਅਰਥ ਨਹੀਂ ਦਿੰਦੇ ਜੇ ਅਰਥ ਸਹੀ ਸਮਝ ਨਾ ਆਉਣ ਤਾਂ ਕਾਰਜ ਸਹੀ ਨਹੀਂ ਹੁੰਦਾ ਜੇ ਕਾਰਜ ਸਹੀ ਨਾ ਹੋਵੇ ਤਾਂ ਸਿੱਟੇ ਨਤੀਜੇ ਸਹੀ ਨਹੀਂ ਨਿਕਲਦੇ ਅਤੇ ਨੈਤਿਕਤਾ ਦੇ ਪੱਖੋਂ ਪਤਨ ਹੁੰਦਾ ਹੈ ਇਨਸਾਫ ਲੜਖੜਾ ਜਾਂਦਾ ਹੈ ਚਰਿੱਤਰ ਵਿਗੜ ਜਾਂਦਾ ਹੈ ਗੜਬੜੀ ਮਚ ਜਾਂਦੀ ਹੈ। ਭ੍ਰਿਸ਼ਟਾਚਾਰ ਫੈਲਦਾ ਹੈ ਲੋਕਾਂ ਨੂੰ ਸਮਝ ਹੀ ਨਹੀਂ ਪੈਂਦੀ ਕਿ ਉਹ ਕੀ ਕਰਨ ਅਤੇ ਕੀ ਨਾ ਕਰਨ। ਇਸ ਨਾਲ ਅਰਾਜਕਤਾ ਫੈਲਦੀ ਹੈ ਤੇ ਦੇਸ਼ ਗੁਲਾਮ ਹੋ ਜਾਂਦਾ ਹੈ। ਭੈੜੀ ਭਾਸ਼ਾ ਨਾ ਕੇਵਲ ਆਪਣੇ ਆਪ ਵਿੱਚ ਇੱਕ ਕ੍ਰਿਤੀ ਹੈ ਇਹ ਸਾਰੀਆਂ ਰਾਜਨੀਤਿਕ ਸਮਾਜਿਕ ਅਤੇ ਆਰਥਿਕ ਕ੍ਰਿਤੀਆਂ ਦੀ ਜੜ੍ਹ ਹੈ। ਹਰ ਕਿਸੇ ਨੂੰ ਕਿਸੇ ਨਾ ਕਿਸੇ ਕਾਰਨ ਕਰਕੇ ਆਪਣੀ ਵਿਦਿਅਕ ਸੰਸਥਾ ਵਿਰੁੱਧ ਜਾਂ ਕਿਸੇ ਅਧਿਆਪਕ ਵਿਰੁੱਧ ਕੋਈ ਨਾ ਕੋਈ ਸ਼ਿਕਾਇਤ ਹੁੰਦੀ ਹੈ। ਇੱਕ ਵਿਦਿਆਰਥੀ ਨੂੰ ਸਾਰੇ ਅਧਿਆਪਕਾਂ ਤੋਂ ਛਿੜਕਾਂ ਪਿਆ ਕਰਦਿਆਂ ਸਨ ਜਿਸ ਕਾਰਨ ਉਹ ਬੜਾ ਕੋੜਾ ਤੇ ਸਨਕੀ ਹੋ ਗਿਆ ਸੀ ਲਗਭਗ 20 ਸਾਲ ਮਗਰ ਉਸਨੇ ਆਪਣੇ ਪੁਰਾਣੇ ਸਕੂਲ ਦੇ ਨਵੇਂ ਪ੍ਰਿੰਸੀਪਲ ਨੂੰ ਖਤ ਲਿਖਿਆ ਕਿ ਮੈਂ 10 ਸਾਲ ਸਕੂਲ ਦੀ ਫੀਸ ਦਿੰਦਾ ਰਿਹਾ ਸਾਂ ਪਰ ਸਕੂਲ ਨੇ ਮੈਨੂੰ ਕੁਝ ਨਹੀਂ ਸਿਖਾਇਆ ਸੋ ਮੇਰੇ ਤੋਂ ਲਈ ਗਈ ਸਾਰੀ ਫੀਸ ਵਿਆਜ ਸਮੇਤ ਵਾਪਸ ਕੀਤੀ ਜਾਵੇ ਨਹੀਂ ਤਾਂ ਮੈਂ ਕਾਨੂੰਨੀ ਕਾਰਵਾਈ ਕਰਾਂਗਾ ਸਕੂਲ ਵਾਸਤੇ ਅਜੀਬ ਸਮੱਸਿਆ ਉੱਪਜ ਪਈ ਸੀ ਕਿਸੇ ਨੇ ਪਹਿਲਾਂ ਇਸ ਪ੍ਰਸਿੱਧ ਸਕੂਲ ਤੇ ਅਜਿਹਾ ਦੋਸ਼ ਨਹੀਂ ਸਿਲਾਇਆ ਪ੍ਰਿੰਸੀਪਲ ਨੇ ਮੀਟਿੰਗ ਬੁਲਾਈ ਦੋ ਤਿੰਨ ਉਹਦੇ ਆਪ ਕੋ ਉਸ ਪੁਰਾਣੇ ਵਿਦਿਆਰਥੀ ਦੇ ਵੀ ਅਧਿਆਪਕ ਰਹੇ ਸਨ ਸੋ ਉਹ ਉਸ ਨੂੰ ਜਾਣਦੇ ਸਨ ਉਹਨਾਂ ਨੇ ਉਸ ਦੀਆਂ ਕਈ ਗੱਲਾਂ ਸੁਣਾਈਆਂ ਪਰ ਫੈਸਲਾ ਨਹੀਂ ਸੀ ਹੋ ਰਿਹਾ ਕਿ ਉਸ ਨੇ ਉਸ ਦੇ ਨੋਟਿਸ ਵਰਗੇ ਖਤ ਬਾਰੇ ਕੀ ਕੀਤਾ ਜਾਵੇ ਅਖੀਰ ਤੇ ਫੈਸਲਾ ਹੋਇਆ ਕਿ ਸਕੂਲ ਕੋਲ ਫੀਸਾਂ ਦਾ ਇਤਨਾ ਪੁਰਾਣਾ ਰਿਕਾਰਡ ਨਹੀਂ ਹੈ ਸੋ ਉਸ ਪੁਰਾਣੇ ਵਿਦਿਆਰਥੀ ਨੂੰ ਹੀ ਕਿਹਾ ਜਾਵੇ ਕਿ ਉਹ ਆਪ ਇੱਕ ਮਹੀਨੇ ਵਿੱਚ ਵਿਸਥਾਰ ਵਿੱਚ ਦੱਸੇ ਕਿ ਉਸ ਨੇ ਸਾਰੀ ਕਿਤਨੀ ਫੀਸ ਦਿੱਤੀ ਸੀ ਉਹ ਪ੍ਰਾਣਾ ਵਿਦਿਆਰਥੀ 15 ਦਿਨਾਂ ਵਿੱਚ ਹੀ ਬੜੇ ਵੇਰਵੇ ਨਾਲ ਹਰੇਕ ਬਰੇ ਦਾ ਵੱਖਰਾ ਝਾਟ ਬਣਾ ਕੇ ਲਿਆ ਆਇਆ। ਉਸ ਦੇ ਹਿਸਾਬ-ਕਿਤਾਬ ਦੀਆਂ ਬਰੀਕੀਆਂ ਵੇਖ ਕੇ ਪ੍ਰਿੰਸੀਪਲ ਨੇ ਉਸ ਨੂੰ ਕਿਹਾ ਤੁਹਾਡਾ ਸਕੂਲ ਵੱਲੋਂ ਤੁਹਾਨੂੰ ਕੁਝ ਵੀ ਨਾ ਸਿਖਾਉਣ ਦਾ ਦੋਸ਼ ਗਲਤ ਹੈ। ਜੇ ਸਕੂਲ ਨੇ ਕੁਝ ਨਾ ਸਿਖਾਇਆ ਹੁੰਦਾ ਤਾਂ ਤੁਸੀਂ ਇਤਨਾ ਗੁੰਝਲਦਾਰ ਹਿਸਾਬ-ਕਿਤਾਬ ਨਹੀਂ ਸਿੱਖ ਸਕਣਾ। ਇਹ ਸਭ ਕੁਝ ਤੁਸੀਂ ਸਕੂਲ ਤੋਂ ਹੀ ਸਿੱਖਿਆ ਹੈ। ਇਹ ਕਹਿ ਕੇ ਪ੍ਰਿੰਸੀਪਲ ਨੇ ਉਸ ਦੀ ਅਰਜ਼ੀ ਖਾਰਜ ਕਰ ਦਿੱਤੀ। ਪੰਜਾਬੀ ਆਡੀਓ ਬੁੱਕ ਚੈਨਲ ਨੂੰ ਸਬਸਕ੍ਰਾਈਬ ਕਰਨ ਲਈ ਧੰਨਵਾਦ ਤੁਹਾਡਾ ਦਿਨ ਸ਼ੁਭ ਰਹੇ